ਸਾਡੇ ਜਿਹੜੇ ਹਿੰਦੂ ਉਤਸਵ ਕਮੇਟੀ ਹੈ ਉਹਦੇ ਵਿੱਚ 90 ਦੀਆਂ ਮੇਰਾ ਖਿਆਲ 70-72 ਕਮੇਟੀਆਂ ਨੇ। ਗੱਲ ਕੋਈ ਹੋਰ ਹੁੰਦੀ ਹੈ ਅਤੇ ਵਾਪਰਦੀ ਕੁਛ ਹੋਰ ਹੈ। ਹੁਣ 90 ਹਿੰਦੂ ਸਮਾਜ ਵਾਸਤੇ ਐਡਾ ਬੜਾ ਮਸਲਾ ਸੀ। 2 ਸਾਡੇ ਧਾਰਮਿਕ ਫੰਕਸ਼ਨ ਚੱਲ ਰਹੇ ਸੀਗੇ, ਸਾਡੇ ਦੇਵੀ ਦੇਵਤਾਵਾਂ ਨੇ ਜਿਨ੍ਹਾਂ ਦੀਆਂ ਅਸੀਂ ਫੋਟੋਆਂ ਰੱਖ ਕੇ ਦੁਕਾਨਾਂ 'ਤੇ ਫੈਕਟਰੀਆਂ 'ਚ ਧੂਫਾਂ ਲਾਉਂਦੇ ਹਾਂ, ਜਿਨ੍ਹਾਂ ਤੋਂ ਅਸੀਂ ਸਾਰਾ ਕੁਛ ਮੰਗਦੇ ਹਾਂ, ਉਹਨਾਂ ਦੀਆਂ ਫੋਟੋਆਂ ਗੰਦ ਦੀ ਟਰਾਲੀ 'ਚ ਸਿੱਟ ਕੇ ਉਰੋਂ ਲਾਈਵ ਬੰਦਿਆਂ ਨੇ ਸਾਡਿਆਂ ਨੇ ਫੜੀਆਂ ਨੇ। ਉਹਦਾ ਰਿਜ਼ਲਟ ਇਹ ਹੈ ਵੀ ਅੱਜ ਤੱਕ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ। ਸਾਡੇ ਬੰਦੇ ਮੀਟਿੰਗਾਂ ਕਰੀ ਜਾਂਦੇ ਨੇ, ਕੋਈ ਕਿੱਧਰ ਹੋ ਜਾਂਦਾ, ਕੋਈ ਕਿੱਧਰ ਹੋ ਜਾਂਦਾ, ਵਿੱਚ ਡਬਲ ਪਾਲਸੀ ਵਾਲੇ ਹੀ ਬੰਦੇ ਨੇ। ਮੇਰੀ ਸਭ ਤੋਂ ਪਹਿਲਾਂ ਤਾਂ ਇਹ ਮੰਗ ਹੈ ਸ਼ਹਿਰ ਵਾਸਤੇ ਕਿ ਜਿਹੜੀ ਹਿੰਦੂ ਸੰਮਤੀ ਹੈ ਕਮੇਟੀ ਉਹ ਤੁਰੰਤ ਭੰਗ ਹੋਣੀ ਚਾਹੀਦੀ ਹੈ। ਉਹਦਾ ਕੋਈ ਬੰਦਾ ਜਿਹੜਾ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਰਾਤ ਸਮਝੌਤੇ ਕਰ ਲਏ ਅੰਦਰ ਵੜ ਕੇ ਅਤੇ ਸਾਰੇ ਹਿੰਦੂ ਸਮਾਜ ਨੂੰ ਠੇਸ ਪਹੁੰਚਾਈ ਹੈ, ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਉਰੇ ਉਸ ਕੁਰਸੀਆਂ 'ਤੇ ਬੈਠਣ ਦਾ। ਇਹ ਸਿਰਫ ਬੋਰਡਾਂ 'ਤੇ ਨੌਲ ਖਾਣ ਦੇ ਮਾਰੇ ਬੈਠਦੇ ਨੇ, ਕੰਮ ਕਰਨ ਦੀ ਵਾਰੀ ਸਾਰੇ ਭੱਜ ਜਾਂਦੇ ਨੇ ਇਹ। ਦੂਜੀ ਗੱਲ ਇਹ ਹੈ ਵੀ ਜਿਹੜਾ ਬੰਦਾ ਸਾਡੇ ਦੇਵੀ ਦੇਵਤਾਵਾਂ ਦੇ ਬੋਰਡ ਲਾ ਕੇ ਗੰਦ ਵਾਲੀ ਟਰਾਲੀ 'ਚ ਰੱਖੇ ਨੇ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਮੈਂ ਤਾਂ ਕਹਿੰਦਾ ਉਹਦੇ ਇਕੱਠ ਦੇ ਵਿੱਚ ਫਸ ਗਿਆ ਸੀ, ਉਹ ਬਾਅਦ 'ਚ ਬੋਲੇ ਜਿਹੜਾ ਮਰਜ਼ੀ ਬੋਲ ਲਵੇ, ਉਹਦੇ ਇਕੱਠ 'ਚ ਫਸ ਗਿਆ ਸੀ। ਜੇ ਕਿਸੇ ਹੋਰ ਧਰਮ ਦੇ ਇਕੱਠ ਦੇ ਵਿੱਚ ਬੰਦਾ ਇਸ ਤਰ੍ਹਾਂ ਫਸ ਜੇ, ਮੇਰਾ ਖਿਆਲ ਤਾਂ ਉਹ ਸਾਬਤਾ ਜਾਂਦਾ ਨੀਗਾ। ਸਾਡੇ 200-400 ਬੰਦਿਆਂ 'ਚੋਂ ਸਾਬਤਾ ਨਿਕਲ ਗਿਆ, ਉਹਦੀ ਕਿਸਮਤ ਸੀਗੀ। ਅੱਜ ਤੋਂ ਬਾਅਦ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਕੋਈ ਪੰਗਾ ਨਾ ਲਵੇ, ਜਿਹੜਾ ਪੰਗਾ ਲਊਗਾ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਊਗਾ। ਅਤੇ ਮੈਂ ਦੁਬਾਰਾ ਬੇਨਤੀ ਕਰਦਾ ਕਿ ਹਿੰਦੂ ਸੰਮਤੀ ਭੰਗ ਹੋਣੀ ਚਾਹੀਦੀ ਹੈ, ਤੁਰੰਤ ਨਵੀਂ ਸੰਮਤੀ ਬਣਨੀ ਚਾਹੀਦੀ ਹੈ, ਕਿਸੇ ਗੱਠਸ ਵਾਲੇ ਬੰਦੇ ਨੂੰ ਬਣਾਉਣਾ ਚਾਹੀਦਾ ਜਿਹੜਾ ਸਿਰਫ ਧਰਮ ਨਾਲ ਚੱਲੇ, ਨਾ ਕਿ ਪੋਲੀਟੀਕਲ ਬੰਦਿਆਂ ਦੇ ਪੈਰ ਚੱਟੇ। ਸਾਰੇ ਅਹੁਦੇ ਅੱਗੇ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ, ਪੂਰੀ ਪੰਕਜ ਬੱਪੂ ਦੇ 295A ਦਾ ਪਰਚਾ ਕਰਵਾ ਕੇ ਹਟਾਂਗੇ, ਉਹਦੇ ਲਈ ਜਾ ਕੋਈ ਮਰਜ਼ੀ ਕਰਨਾ ਪਵੇ ਸਾਨੂੰ। ਮੁੱਖ ਮੰਤਰੀ ਜੀ ਤੋਂ ਇਹ ਮੰਗ ਕਰਦੇ ਹਾਂ ਵੀ ਇਹ ਬੰਦਾ ਹੁੰਦਾ ਕੌਣ ਹੈ? ਪਹਿਲੀ ਗੱਲ ਤਾਂ ਜਿਹੜੀ ਸਰਕਾਰੀ ਮਸ਼ੀਨਰੀਆਂ ਦਾ ਦੁਰਪ੍ਰਯੋਗ ਕਰ ਰਿਹਾ, ਸਰੇਆਮ ਕਰ ਰਿਹਾ, ਧੱਕਾ ਕਰ ਰਿਹਾ। ਹਿੰਦੂ ਧਰਮ ਨੂੰ ਤੁਸੀਂ ਧਰਮ ਨਹੀਂ ਸਮਝਦੇ? ਜੇ ਕਿਸੇ ਹੋਰ ਧਰਮ ਦਾ ਹੁੰਦਾ, ਅੱਜ ਅਸੀਂ ਦਾਅਵੇ ਨਾਲ ਕਹਿੰਦੇ ਹਾਂ, ਚਾਹੇ ਉਹ ਟਰਾਲੀ ਵਾਲਾ ਡਰਾਈਵਰ ਸੀ, ਚਾਹੇ ਜਿਹਦੇ ਹੁਕਮ 'ਤੇ ਹੋਇਆ, ਉਹ ਭੀੜ ਦੇ ਵਿੱਚੋਂ ਜਿੰਦਾ ਨਹੀਂ ਜਾਂਦਾ ਸੀਗਾ, ਉਹਦੇ ਕੱਪੜੇ ਤੱਕ ਪਾੜ ਦਿੰਦੇ। ਹੁਣ ਸਾਡਾ ਜਿਹੜਾ ਫੈਸਲਾ ਹੈ ਵੀ ਜਿਹੜਾ ਵਪਾਰ ਮੰਡਲ ਕਾਲ ਕਰੀ ਹੈ 8-12 ਦੀ, ਜੇ ਕੋਈ ਨਤੀਜਾ ਨਾ ਨਿਕਲਿਆ, ਇਹਨੂੰ ਅਸੀਂ ਵਪਾਰ ਮੰਡਲ ਨੂੰ ਬੇਨਤੀ ਕਰਾਂਗੇ ਵੀ ਇਹ ਕਾਲ ਨੂੰ ਸ਼ਾਮ ਤੱਕ ਲੈ ਕੇ ਦਿੱਤਾ ਜਾਵੇ, ਇਹਨੂੰ ਅਣਮਿੱਥੇ ਸਮੇਂ ਤੱਕ ਅਸੀਂ ਲੈ ਕੇ ਜਾਵਾਂਗੇ ਔਰ ਲੜਾਈ ਲੜਾਂਗੇ। ਸਾਡਾ ਪਹਿਲਾਂ ਵੀ ਕੱਲ੍ਹ ਵੀ ਸਾਰੀਆਂ ਸੰਸਥਾਵਾਂ ਦੀ ਜਿਹੜੀ ਮੀਟਿੰਗ ਸੀ, ਅਸੀਂ ਉਹਨਾਂ 'ਚ ਵਪਾਰ ਮੰਡਲ ਨੂੰ ਰਿਕੁਐਸਟ ਕੀਤੀ ਗਈ ਵੀ ਇਹ ਕੀਤਾ ਜਾਵੇ, ਅਸੀਂ ਅੱਜ 8-12 ਦੀ ਕਾਲ ਦਿੱਤੀ ਹੈ। ਜਿਵੇਂ ਵੀ ਸਾਰੀਆਂ ਜਥੇਬੰਦੀਆਂ ਸਾਨੂੰ ਕਹਿਣਗੀਆਂ, ਅਸੀਂ ਉਹਨਾਂ ਦੇ ਨਾਲ ਹਾਂ। ਜਿੰਨਾ ਸਮਾਂ ਉਹ ਜੋ ਵੀ ਫੈਸਲਾ ਉਰੇ ਖੜ ਕੇ ਕਰਨਗੇ ਜਾਂ ਮੀਟਿੰਗਾਂ 'ਚ ਹੋਣਗੀਆਂ, ਵਪਾਰ ਮੰਡਲ ਹਮੇਸ਼ਾ ਸ਼ਹਿਰ ਦੇ ਨਾਲ ਹੈ, ਸ਼ਹਿਰ ਵਾਸੀਆਂ ਦਾ ਵਪਾਰ ਮੰਡਲ ਹੈ, ਕੋਈ ਇੱਕ ਬੰਦੇ ਦਾ ਵਪਾਰ ਮੰਡਲ ਨਹੀਂ, ਇਹ ਸਾਰੇ ਵਪਾਰੀਆਂ ਦਾ ਵਪਾਰ ਮੰਡਲ ਹੈ। ਜਿਹੜਾ ਵੀ ਸਾਡੇ ਧਰਮ 'ਤੇ ਕੋਈ ਕਿਸੇ ਤਰ੍ਹਾਂ ਦਾ ਅਟੈਕ ਕਰੂ, ਉਹ ਨਹੀਂ ਬਖਸ਼ਿਆ ਜਾਊਗਾ, ਅਸੀਂ ਸਾਰੀਆਂ ਸੰਸਥਾਵਾਂ ਦੇ ਨਾਲ। ਜਿਹੜਾ ਵੀ ਬੰਦਾ ਕੋਈ ਗਲਤ ਕੰਮ ਕਰਿਆ ਉਸ 'ਤੇ ਤੁਰੰਤ ਐਕਸ਼ਨ ਹੋਣਾ ਚਾਹੀਦਾ।